ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਮੂਰਖ ਕੀ ਕੇਤਕ ਬਾਤ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਜਨਨੀ ਜਨੇ ਤੋ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗੁਆਵੈ ਨੂਰ ਧਨ ਧਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ ਧਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ
परम सत्कार योग गुरु रूप गुरु खालसा साध संगत जी, रसना करो पवित्र आखो, वाहे गुरु जी का खालसा वाहे गुरु जी की फतेह। पंज प्याले पंज पीर छठम पीर बैठा गुर भारी, अर्जन काया पलट के मूर्त हर गोबिंद सवारी। चली पीढ़ी सोडियां रूप दिखावन वारो वारी, दल भंजन गुर सूरमा वड जोधा बहो पर उपकारी। साहेब श्री गुरु हरगोबिंद पातशाह जिन्हां ने गुरु की बडाली दे विच जा के भाग लाए आ, बेअंत महापुरखा ने दास तो पहला कीर्तन करके संगतां नूं निहाल कीता। नानक सर वाले महापुरखा ने बड़े जतन किए भी माइया की आवाज़ आवे, पर साध संगत जे किते घर दे विच होवे ब्याह ते दो माइया पिंड दे दूसरे पासे आवाज़ पहुँचा देंदियां, कोई मैक नहीं रखना पैंदा इन्हां दे मूहरे। उस वेले बिना मैक तो साध संगत पिंड दे दूसरे पासे दो माइया की आवाज़ चले जाती। हुण किन्ना जतन कीता, किन्निया बार बार बेनतियां कीतियां भई रसना उदों ही पवित्र होनी है जदों आपां उस रहबर की बड़ियाई करनी है। गुरु हरगोबिंद पातशाह जिन्हां ने साध संगत अज दा उह दिहाड़ा है, जिथे जाए बहे मेरा सतगुरु सो थान सुहावा राम राजे। गुरु की बडाली दे विच माता गंगा जी दी कुख नूं भाग लाए आ, दास तो पहला महापुरखां दे जथे कोलो तुसी सरवण कीता के पुत दा वर लैण गई माता गंगा जी, सराफ लैके आ गए। पर जदों दूसरी वारी गए है ते माता गंगा जी अज खुश बड़े नजर आउंदे आ, क्यों? बाबा बुढ़ा जी जदों प्रशादा लगे छकण ते माता गंगा नूं कहंदे, गंगा जी ओ पुत होऊगा सूरमा तेरा ते जालमा दे सिर भन दू, पुत होऊगा सूरमा तेरा जालमा दे सिर भन दू, सूरमा
ਬਾਬਾ ਬੁੱਢਾ ਜੀ ਕਹਿੰਦੇ ਮਾਤਾ ਗੰਗਾ ਜੀ ਨੂੰ, ਕਹਿੰਦੇ ਮਾਤਾ ਜੀ ਇਹੋ ਜਿਹਾ ਪੁੱਤ ਸੂਰਮਾ ਹੋਊਗਾ ਜਿਵੇਂ ਕਹਿੰਦੇ ਅਸੀਂ ਗੰਢੇ ਦਾ ਸਿਰ ਭੰਨਿਆ, ਇਸ ਤਰ੍ਹਾਂ ਕਹਿੰਦੇ ਜਾਲਮਾਂ ਦੇ ਸਿਰ ਭੰਨ ਕੇ ਰੱਖ ਦੂ। ਤੇ ਉਹ ਸਮਾਂ ਆਇਆ ਅੱਜ ਦੇ ਦਿਹਾੜੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ। ਇਸੇ ਕਰਕੇ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ ਬਹੁ ਪਰ ਉਪਕਾਰੀ। ਬੇਅੰਤ ਪਰ ਉਪਕਾਰ ਕੀਤੇ ਆ ਕਸ਼ਮੀਰ ਦੀ ਧਰਤੀ ਤੋਂ, ਜਿਹੜੇ ਨਗਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਧ ਸੰਗਤ ਜ਼ਿਲ੍ਹਾ ਪੁੰਛ ਅਤੇ ਇੱਕ ਛੋਟਾ ਜਿਹਾ ਨਗਰ ਰਜੌਰੀ ਆ, ਅੱਜ ਤਾਂ ਸਾਧ ਸੰਗਤ ਜ਼ਿਲ੍ਹਾ ਬਣਿਆ ਹੋਇਆ ਹੈ। ਰਜੌਰੀ ਨਗਰ ਦੇ ਵਿੱਚੋਂ ਇੱਕ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਭਾਈ ਸੇਵਾ ਦਾਸ ਦਾ। ਉਹ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਵਡਿਆਈ ਸੁਣ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਆਇਆ ਹੈ। ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਆਇਆ ਤੇ ਸਾਧ ਸੰਗਤ ਭਾਈ ਸੇਵਾ ਦਾਸ ਨੇ ਕੁਝ ਦਿਨ ਸੇਵਾ ਕੀਤੀ ਆ, ਅਖੀਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿੰਦਾ ਸੱਚੇ ਪਾਤਸ਼ਾਹ, ਨਾਲੇ ਹੱਥ ਜੋੜੇ ਤੇ ਨਾਲੇ ਕਹਿੰਦਾ ਮਹਾਰਾਜ ਜੀ ਉਹ ਮੇਰੇ ਦੀਨਾਂ ਦੇ ਦਿਆਲੂ ਸੱਚੇ ਪਾਤਸ਼ਾਹ, ਮੇਰੀ ਇੱਕ ਬੇਨਤੀ ਸੁਣੋ, ਦੀਨਾਂ ਦੇ ਦਿਆਲੂ ਸੱਚੇ ਪਾਤਸ਼ਾਹ, ਮੇਰੀ ਇੱਕ ਬੇਨਤੀ ਸੁਣੋ, ਸਤਿ ਸ਼੍ਰੀ ਅਕਾਲ।
ਜੋੜ ਕੇ ਕਹਿੰਦਾ ਦੀਨ ਦਿਆਲ ਸੁਣ ਬੇਨਤੀ। ਭਾਈ ਸੇਵਾਦਾਸ ਨੇ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ, ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਵੀ ਕਹਿੰਦਾ ਗੁਰੂ ਨਾਨਕ ਦੇ ਘਰ ਦੀ ਸਿੱਖੀ ਦੀ ਕਿਰਪਾ ਕਰ ਦਿਓ। ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਡਿੱਗਿਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ, ਗੁਰੂ ਜੀ ਕਰ ਦਿਓ ਮੇਰੇ ਤੇ ਕਿਰਪਾ। ਮਹਾਰਾਜ ਕਹਿੰਦੇ ਸਿੱਖੀ ਧਾਰਨ ਕਰਨੀ ਹੈ? ਕਹਿੰਦਾ ਮਹਾਰਾਜ ਕਰੋ ਕਿਰਪਾ ਮੇਰੇ ਉੱਤੇ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਜੇ ਕਹਿੰਦੇ ਸਿੱਖੀ ਧਾਰਨ ਕਰਨੀ ਹੈ ਨਾ, ਉਹ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ। ਮਹਾਰਾਜ ਕਹਿੰਦੇ ਸੇਵਾਦਾਸ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇੱਕ ਬੰਦੇ ਦੇ ਤਨ ਨੂੰ ਰੋਗ ਲੱਗਦਾ, ਇੱਕ ਬੰਦੇ ਦੇ ਮਨ ਨੂੰ ਰੋਗ ਲੱਗਦਾ। ਤਨ ਦੇ ਰੋਗ ਦਾ ਡਾਕਟਰ ਇਲਾਜ ਕਰ ਦਿੰਦੇ ਆ, ਮਨ ਦੇ ਰੋਗ ਦਾ ਡਾਕਟਰ ਇਲਾਜ ਨਹੀਂ ਕਰ ਸਕਦੇ। ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ ਜਿਹੜਾ ਮਨ ਨੂੰ ਰੋਗ ਲੱਗਦਾ, ਪਰ ਮਨ ਦਾ ਰੋਗ ਕਿਸੇ ਨੇ ਨਹੀਂ ਲਾਇਆ, ਉਹ ਅਸੀਂ ਆਪ ਹੀ ਲਾਇਆ ਹੁੰਦਾ। ਉਹਦੇ ਤੋਂ, ਉਸ ਰੋਗ ਤੋਂ ਕੋਈ ਬਿਰਲਾ ਬਿਰਲਾ ਬਚਿਆ ਹੋਣਾ। ਮਨ ਦਾ ਰੋਗ ਕਿਹਨੂੰ ਕਹਿੰਦੇ ਆ ਜਿਹੜਾ ਬਿਨਾਂ ਵਜ੍ਹਾ ਤੋਂ ਲੱਗਿਆ ਹੋਇਆ? ਕਿਸੇ ਗੁਆਂਢੀ ਦੇ ਘਰ ਦੇ ਵਿੱਚ ਕੋਈ ਚੰਗੀ ਕੋਠੀ ਬਣਦੀ ਹੋਵੇ, ਉਹਦੇ ਵੱਲ ਦੇਖ ਕੇ ਐਵੇਂ ਆਪਣਾ ਆਪ ਹੀ ਲੂਹੀ ਜਾਣਾ, ਇਹ ਪਤਾ ਨਹੀਂ ਕੋਠੀ ਕਿੱਥੋਂ ਪਾਈ ਜਾਂਦਾ। ਕਿਸੇ ਦਾ ਧੀ ਪੁੱਤ ਚੰਗਾ ਹੋਵੇ, ਉਹਦੇ ਵੱਲ ਦੇਖ ਕੇ ਖਿਜੀ ਜਾਣਾ, ਇਹਨੂੰ ਕਹਿੰਦੇ ਮਨ ਦਾ ਰੋਗ। ਇਹ ਕਿਸੇ ਦਾ ਨਹੀਂ ਲਾਇਆ ਹੋਇਆ। ਮਹਾਰਾਜ ਕਹਿੰਦੇ ਸੇਵਾਦਾਸਾ ਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹੇਗਾ, ਤੇਰੇ ਮਨ ਦਾ ਰੋਗ ਵੀ ਦੂਰ ਹੋਜੂ, ਤੇਰੇ ਤਨ ਦਾ ਰੋਗ ਵੀ ਦੂਰ ਹੋਜੂ। ਕੁਝ ਦਿਨ ਸੇਵਾ ਕੀਤੀ ਤੇ ਮਹਾਰਾਜ ਦੇ ਕੋਲੋਂ ਇਜਾਜ਼ਤਾਂ ਲੈ ਕੇ ਆਪਣੇ ਨਗਰ ਨੂੰ ਚਾਲੇ ਮਾਰ ਦਿੱਤੇ। ਜਦੋਂ ਚਾਲੇ ਮਾਰੇ ਆ, ਆਪਣੇ ਪਿੰਡ ਪਹੁੰਚ ਕੇ ਜਦੋਂ 7-8 ਦਿਨ ਹੋ ਗਏ ਇਹਨੂੰ ਘਰੇ ਆਏ ਨੂੰ, ਤੇ ਇਸ ਸਿੱਖ ਦੀ ਬਿਰਧ ਮਾਤਾ, ਭਾਈ ਸੇਵਾਦਾਸ ਦੀ ਮਾਤਾ, ਉਹ ਇੱਕ ਦਿਨ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਪੁੱਛਦੀ ਆ, ਕਹਿੰਦੀ ਪੁੱਤ ਨਾ ਤੂੰ ਠਾਕਰ ਦੁਆਰੇ ਜਾਣਾ, ਉਹ ਨਾ ਤੂੰ ਕਹਿੰਦੀ ਮੰਦਰ ਦੇ ਵਿੱਚ ਜਾਣਾ, ਤੇ ਤੈਨੂੰ ਕਿੰਨੇ ਦਿਨ ਹੋ ਗਏ, ਤੇਰੀ ਜ਼ਿੰਦਗੀ ਦੇ ਵਿੱਚ ਬੜੀ ਤਬਦੀਲੀ ਆ ਗਈ, ਮੈਨੂੰ ਕਹਿੰਦੀ ਸਮਝ ਨਹੀਂ ਲੱਗਦੀ ਤੂੰ ਆਇਆ ਕਿੱਥੋਂ ਹੈ, ਤੇਰੀ ਜ਼ਿੰਦਗੀ ਦੇ ਵਿੱਚ ਬੜੀ ਭਾਰੀ ਤਬਦੀਲੀ ਆ ਗਈ ਹੈ। ਕਹਿੰਦਾ ਮਾਤਾ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਇਆ, ਮੈਂ ਕਹਿੰਦਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰਨ ਕੀਤੀ ਹੈ।
ਜਦੋਂ ਕਿਹਾ ਵੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰਨ ਕੀਤੀ, ਜਦੋਂ ਗੁਰੂ ਘਰ ਦੀ ਵਡਿਆਈ ਕਰਦਾ ਪੁੱਤ, ਅਤੇ ਮਾਂ ਪੁੱਛਦੀ ਆ, ਕਹਿੰਦੀ ਪੁੱਤ, ਕਹਿੰਦਾ ਮਾਂ ਕੀ ਗੱਲ ਹੈ? ਕਹਿੰਦੀ ਗੁਰੂ ਨਾਨਕ ਦੇਵ ਅੱਜ ਕੱਲ੍ਹ ਕਿੱਥੇ ਹੈ? ਉਹ ਕਹਿੰਦਾ ਮਾਤਾ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਤਾਂ ਦੀਪਾਂ ਦੀ ਨੌਵਾਂ ਖੰਡਾਂ ਦੀ ਸਾਰ ਲੈ ਕੇ ਨਿਰੰਕਾਰ ਦੇ ਵਿੱਚ ਅਭੇਦ ਹੋ ਚੁੱਕੇ ਹੈ। ਇਸ ਵੇਲੇ ਉਹਨਾਂ ਦੀ ਛੇਵੀਂ ਜੋਤ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦੀ ਮੈਂ ਕਹਿੰਦਾ ਸੇਵਾ ਕਰਕੇ, ਜਿਨ੍ਹਾਂ ਦੇ ਕੋਲੋਂ ਗੁਰੂ ਨਾਨਕ ਦੇ ਘਰ ਦੀ ਸਿੱਖੀ ਪ੍ਰਾਪਤ ਕੀਤੀ ਹੈ। ਕਹਿੰਦਾ ਮਾਤਾ, ਜਿਹੜੇ ਗੁਰੂ ਦੇ ਕੋਲ ਮੈਂ ਰਹਿ ਕੇ ਸੇਵਾ ਕੀਤੀ ਹੈ ਨਾ, ਉਹ ਵੱਡਾ ਜੋਧਾ ਬਹੁ ਪਾਰੀ ਉਪਕਾਰੀ, ਡਲ ਭੰਜਨ ਗੁਰੂ ਸੂਰਮਾ, ਵੱਡਾ ਜੋਧਾ ਬਹੁ ਪਾਰੀ ਉਪਕਾਰੀ, ਡਲ ਭੰਜਨ ਗੁਰੂ ਸੂਰਮਾ। ਮਾਤਾ ਜੀ, ਜਿਹਨੂੰ ਕਹਿੰਦਾ ਮੈਂ ਗੁਰੂ ਧਾਰਨ ਕਰਕੇ ਆਇਆ, ਉਹਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਮਾਤਾ, ਮੇਰੇ ਗੁਰੂ ਨੇ ਸ਼ਸਤਰ ਧਾਰਨ ਕੀਤੇ ਆ। ਮਾਤਾ, ਮੇਰੇ ਗੁਰੂ ਤਾਂ ਇੰਨਾ ਵੱਡਾ ਪਰਉਪਕਾਰੀ ਹੈ, ਉਹਨੇ 52 ਰਾਜੇ ਗਵਾਰੀਅਰ ਦੇ ਕਿਰੇ ਦੇ ਵਿੱਚੋਂ ਰਿਹਾ ਕਰਵਾਤੇ।
52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕਹਿੰਦਾ ਮਾਤਾ ਜਦੋਂ ਮੇਰੇ ਗੁਰੂ ਨੇ ਰਿਹਾ ਕਰਵਾਏ ਨਾ ਤੇ ਉਸੇ ਦਿਨ ਤੋਂ ਉਹਦਾ ਨਾਮ ਬੰਦੀ ਛੋੜ ਪੈ ਗਿਆ। ਬਸ ਆਪਣੀ ਮਾਂ ਨੂੰ ਸਮਝਾਉਂਦਾ ਕਹਿੰਦਾ ਮਾਤਾ ਜੀ ਉਹ ਬੰਧਨ ਕੱਟ ਦੇ ਪ੍ਰੀਤਮਾ ਮੇਰੇ ਤੇ ਬੰਦੀ ਛੋੜ ਤੇਰਾ ਨਾਮ ਹੈ ਬੰਧਨ ਕੱਟ ਦੇ ਪ੍ਰੀਤਮਾ ਮੇਰੇ ਬੰਦੀ ਛੋੜ ਤੇਰਾ ਨਾਮ ਮਾਤਾ ਮੇਰੇ ਗੁਰੂ ਨੇ 52 ਰਾਜੇ ਰਿਹਾ ਕਰਵਾ ਤੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਮਾਤਾ ਮੇਰਾ ਗੁਰੂ ਇਸ ਲੋਕ ਦੇ ਵੀ ਬੰਧਨ ਤੋੜ ਦਿੰਦਾ ਹੈ ਤੇ ਮਾਤਾ ਮੇਰਾ ਗੁਰੂ ਪਰਲੋਕ ਦੇ ਬੰਧਨ ਵੀ ਤੋੜਦਾ ਹੈ। ਜਦੋਂ ਮਾਂ ਨੂੰ ਪਤਾ ਲੱਗਿਆ ਨਾ ਵੀ ਗੁਰੂ ਪਰਲੋਕ ਦੇ ਬੰਧਨ ਵੀ ਤੋੜਦਾ ਤੇ ਮਾਂ ਦੇ ਦਿਲ ਦੇ ਵਿੱਚ ਉਸ ਵੇਲੇ 6ਵੇਂ ਪਾਤਸ਼ਾਹ ਦੇ ਦਰਸ਼ਨਾਂ ਦਾ ਪਿਆਰ ਸਾਧ ਸੰਗਤ ਜਾਗਿਆ। ਪਰ ਉਮਰ ਵਡੇਰੀ ਹੈ, ਸਰੀਰ ਸਿਆਣਾ ਹੋਇਆ ਪਿਆ। ਭਾਈ ਸੇਵਾਦਾਸ ਦੀ ਮਾਤਾ ਕਹਿੰਦੀ ਪੁੱਤ ਕਹਿੰਦੀ ਮੇਰਾ ਵੀ ਦਿਲ ਕਰਦਾ 6ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਵਾਂ। ਜੇ ਕਹਿੰਦੀ ਮੈਂ ਵੀ 6ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲੈ ਹੋ ਸਕਦਾ ਕਹਿੰਦੀ ਮੇਰਾ ਵੀ ਕਹਿੰਦੀ ਲੋਕ ਪ੍ਰਲੋਕ ਸਵਾਰ ਹੋ ਜਾ। ਪਰ ਮੈਂ ਕਹਿੰਦੀ ਕੀ ਕਰਾਂ, ਮੇਰੇ ਕੋਲੋਂ ਕਹਿੰਦੀ ਪਹਾੜ ਦਾ ਰਸਤਾ ਤੈਅ ਨਹੀਂ ਹੋਣਾ, ਮੈਂ ਤੁਰ ਕੇ ਜਾ ਨਹੀਂ ਸਕਦੀ ਕਹਿੰਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ। ਆਪਣੇ ਪੁੱਤ ਨੂੰ ਪੁੱਛਦੀ ਹੈ
ਕਹਿੰਦੀ ਪੁੱਤ ਮੇਰੇ ਕੋਲੋਂ ਜਾ ਤਾਂ ਹੋਣਾ ਨਹੀਂ, ਪਰ ਮੈਂ ਕਹਿੰਦੀ ਕਰਾਂ ਕੀ? ਅਤੇ ਪੁੱਤ ਕਹਿੰਦਾ ਮਾਂ ਕਰਨਾ ਕੀ ਆ, ਘਰ ਬੈਠੀ ਚੇਤੇ ਕਰੀ ਜਾ। ਤੂੰ ਘਰ ਬੈਠ ਕੇ ਛੇਵੇਂ ਪਾਤਸ਼ਾਹ ਨੂੰ ਚੇਤੇ ਕਰ ਲੈ। ਕਹਿੰਦੀ ਪੁੱਤ ਜੇ ਮੈਂ ਛੇਵੇਂ ਪਾਤਸ਼ਾਹ ਨੂੰ ਘਰ ਬਹਿ ਕੇ ਚੇਤੇ ਕਰ ਲੂੰ ਤਾਂ ਕੀ ਮੇਰੀ ਭਾਵਨਾ ਨੂੰ ਫਲ ਲੱਗ ਜੂ? ਜਿਹਨੂੰ ਭਰੋਸਾ ਸੀ ਕਹਿੰਦਾ ਮਾਤਾ ਜੀ ਸੰਗਲਾ ਦੀਪ ਦੀ ਧਰਤੀ ਉੱਤੇ ਚੇਤੇ ਕੀਤਾ ਸ਼ਿਵਨਵ ਰਾਜੇ ਨੇ, ਅਤੇ ਸੈਂਕੜੇ ਮੀਲਾਂ ਦੇ ਉੱਤੇ ਜਾ ਕੇ ਛੇਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਜਾ ਕੇ ਸ਼ਿਵਨਵ ਰਾਜੇ ਨੂੰ ਦਰਸ਼ਨ ਦਿੱਤੇ ਆ। ਮਾਤਾ ਕਿੰਨੇ ਸੈਂਕੜੇ ਕੋਹਾਂ 'ਤੇ ਜਾ ਕੇ ਸ਼ਿਵਨਵ ਰਾਜੇ ਦੀ ਭਾਵਨਾ ਪੂਰੀ ਕਰ ਸਕਦੇ ਆ, ਅਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਕਸ਼ਮੀਰ ਦੀ ਧਰਤੀ ਕੋਈ ਬਹੁਤ ਦੂਰ ਨਹੀਂ ਹੈ। ਜਦੋਂ ਮਾਤਾ ਦੇ ਦਿਲ ਦੇ ਵਿੱਚ ਪ੍ਰੇਮ ਜਾਗਿਆ, ਬਸ ਉਸੇ ਦਿਨ ਤੋਂ ਮਨ ਬਣਾ ਲਿਆ, ਮਨਾ ਹੁਣ ਘਰ ਦੇ ਵਿੱਚ ਬੈਠ ਕੇ ਛੇਵੇਂ ਪਾਤਸ਼ਾਹ ਨੂੰ ਚੇਤੇ ਕਰਦੇ ਆ। ਇਸ ਭਾਈ ਸੇਵਾਦਾਸ ਦੀ ਮਾਤਾ ਜਿਹਦਾ ਨਾਮ ਭਾਗ ਭਰੀ ਲਿਖਿਆ, ਮਾਤਾ ਭਾਗ ਭਰੀ ਸਰੀਰ ਸਿਆਣਾ ਹੋਇਆ ਪਿਆ, ਆਪਣੇ ਹੱਥੀਂ ਬਰੀਕ ਸੂਤਰ ਕੱਤ ਕੇ ਛੇਵੇਂ ਪਾਤਸ਼ਾਹ ਵਾਸਤੇ ਇੱਕ ਚੋਲਾ ਤਿਆਰ ਕਰ ਲਿਆ, ਇੱਕ ਚੰਦਨ ਦੀ ਚੌਂਕੀ ਤਿਆਰ ਕਰਵਾ ਕੇ ਆਪਣੇ ਘਰ ਦੇ ਨਵੇਕਲੇ ਕਮਰੇ ਦੇ ਵਿੱਚ ਰੱਖ ਲਈ ਹੈ। ਅਤੇ ਮਾਈ ਨੇ ਕੀ ਕਰਨਾ? ਛੇਵੇਂ ਪਾਤਸ਼ਾਹ ਦੇ ਵਸਤਰ ਸਮਝ ਕੇ ਕੋਲ ਹੱਥ ਜੋੜ ਕੇ ਬੈਠ ਜਾਣਾ, ਉਸ ਚੌਂਕੀ ਨੂੰ ਛੇਵੇਂ ਪਾਤਸ਼ਾਹ ਦਾ ਆਸਣ ਸਮਝ ਕੇ ਕੋਲ ਬੈਠਣਾ ਹੱਥ ਜੋੜ ਕੇ, ਅਤੇ ਬੈਠੀ ਬੈਠੀ ਨੇ ਛੇਵੇਂ ਪਾਤਸ਼ਾਹ ਨੂੰ ਚੇਤੇ ਕਰਨਾ, ਸੱਚੇ ਪਾਤਸ਼ਾਹ ਉਹ ਇੱਕ ਘੜੀ ਦਾ ਵਿਛੋੜਾ ਮੇਰਿਆ ਮਾਲਕਾਂ
छोड़ा मेरे मालका साथ जदों समा बहुत बीत गया ते माई ने की कीता इन्हें अमृत वेले उठना इशनान करके चोले दे कोल बैठ जाना हाथ जोड़ के छेवें पातशाह नूं चेते करना। एक दिन बैठी बैठी गुरु हरगोबिंद पातशाह नूं चेते करे नाले बाजा मारे सच्चे पातशाह कद मिलिया प्रिया तुद भगवंता। सच्चे पातशाह वो कदों भागा वाला समा आना जदों मैं तेरे घर बैठी ने ददारे करने आ। पर साध संगत माई छेवें पातशाह नूं चेते करी जांदी आ, दिन बीतते जांदे आ।
ਇੱਕ ਦਿਨ ਮਾਈ ਨੇ ਸੋਚਿਆ ਵੀ ਮਨਾ ਪਤਾ ਨਹੀਂ ਮੇਰੇ ਪ੍ਰੇਮ ਵਿੱਚ ਕੀ ਫਰਕ ਪੈ ਗਿਆ, ਅੱਜ ਅਰਦਾਸ ਕਰ ਦਿੱਤੀ ਆ, ਐ ਸੱਚੇ ਪਾਤਸ਼ਾਹ ਜਦੋਂ ਤੱਕ ਤੇਰੇ ਦਰਸ਼ਨ ਦਿਦਾਰੇ ਨਹੀਂ ਹੁੰਦੇ ਮੈਨੂੰ ਅੰਨ ਜਲ ਕਰਨਾ ਹਰਾਮ ਹੈ, ਅੰਨ ਪਾਣੀ ਦਾ ਤਿਆਗ ਕਰ ਦਿੱਤਾ। ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਵੀ ਮਾਈ ਨੇ ਹੁਣ ਅੰਨ ਪਾਣੀ ਵੀ ਛੱਡ ਦਿੱਤਾ। ਸੰਗਤਾਂ ਨੇ ਬੜਾ ਸਮਝਾਇਆ, ਮਾਤਾ ਤੂੰ ਜਿੱਦ ਨਾ ਕਰ, ਗੁਰੂ ਹਰਗੋਬਿੰਦ ਪਾਤਸ਼ਾਹ ਇੱਥੋਂ ਬਹੁਤ ਦੂਰ ਰਹਿ ਰਹੇ ਹੈ, ਤੇਰੀ ਜਿਹੜੀ ਭੇਟਾ ਜਿਹੜਾ ਤੂੰ ਚੋਲਾ ਤਿਆਰ ਕੀਤਾ ਹੋਇਆ ਸੰਗਤਾਂ ਦੇ ਕੋਲ ਭੇਜ ਦੇ ਜਾਂ ਆਪਣੇ ਪੁੱਤ ਦੇ ਕੋਲ ਭੇਜ ਦੇ। ਪਰ ਜਿਹਦੇ ਮਨ ਦੇ ਵਿੱਚ ਪ੍ਰੇਮ ਸੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਉਹ ਮਾਈ ਦਾ ਦਿਲੋਂ ਪ੍ਰੇਮ ਹੈ। ਪਰ ਸਾਧ ਸੰਗਤ ਜਦੋਂ ਬੰਦਾ ਅੰਨ ਪਾਣੀ ਛੱਡ ਦੇਵੇ ਤਾਂ ਸਰੀਰ ਵੀ ਸਿਆਣਾ ਹੋ ਜਾਏ, ਤਾਂ ਫਿਰ ਦੇਖ ਲਓ ਹਾਲਤ ਕੀ ਹੁੰਦੀ ਹੈ। ਇੱਕ ਤਾਂ ਉਮਰ 100 ਸਾਲ ਦੇ ਲਾਗੇ ਹੋਈ ਪਈ ਹੈ, ਅਤੇ ਦੂਸਰਾ ਅੰਨ ਪਾਣੀ ਦਾ ਵੀ ਤਿਆਗ ਕਰ ਦਿੱਤਾ, ਸਰੀਰ ਬਹੁਤ ਕਮਜ਼ੋਰ ਹੋ ਗਿਆ। ਜਦੋਂ ਸਰੀਰ ਤੁਰਨ ਤੋਂ ਵੀ ਨਕਾਰਾ ਹੋ ਗਿਆ, ਅਤੇ ਇੱਕ ਦਿਨ ਮਾਈ ਦੇ ਬੈਠੀ ਬੈਠੀ ਦੇ ਅੱਖਾਂ 'ਚ ਨਾ ਪਾਣੀ ਆ ਗਿਆ, ਨੇਤਰਾਂ 'ਚ ਜਲ ਵਗਦਾ, ਸੱਚੇ ਪਾਤਸ਼ਾਹ ਆ ਮੇਰੀ ਜਿਹੜੀ ਜ਼ਿੰਦਗੀ ਹੈ ਨਦੀ ਕਿਨਾਰੇ ਰੁੱਖੜੇ ਵਾਲੀ ਗੱਲ ਹੈ, ਪਤਾ ਨਹੀਂ ਕਦੋਂ ਢਾਹ ਲੱਗ ਜਾਣੀ ਹੈ। ਸੱਚੇ ਪਾਤਸ਼ਾਹ ਉਹ ਪਿਆਰੇ ਜੀ, ਉਹ ਮੈਨੂੰ ਜ਼ਿੰਦਗੀ ਦੀ ਆਸ ਮੁੱਕ ਗਈ, ਪਿਆਰਿਆ ਜ਼ਿੰਦਗੀ ਦੀ ਆਸ ਮੁੱਕ ਗਈ, ਬਹੁਤ ਛੇਤੀ ਪਹੁੰਚਦੀਆਂ। ਪ੍ਰੇਮ ਦੀਆਂ ਜਿਹੜੀਆਂ ਤਾਰਾਂ ਇਹਨੂੰ ਡਾਕੀਆ ਨਹੀਂ ਪਹੁੰਚਾ ਸਕਦਾ, ਪਰ ਪ੍ਰੇਮ ਕਰਨਾ ਬੜਾ ਔਖਾ। ਜਦੋਂ ਪ੍ਰੇਮ ਦੀਆਂ ਤਾਰਾਂ ਮਾਈ ਦੀਆਂ ਪਹੁੰਚ ਗਈਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲੇ ਕਸ਼ਮੀਰ ਦੀ ਧਰਤੀ ਨੂੰ ਚਾਲੇ ਲੱਗੇ ਮਾਰਨ, ਉਹ ਸਤਿਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ, ਖਾਤੇ ਤੇਰਾ ਪ੍ਰੇਮ ਦੇਖ ਕੇ
ਅੱਜ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਚਾਰ ਚੰਦ ਲੱਗੇ ਲੱਗਣ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੇ ਨਾਲ ਕੁਝ ਘੋੜ ਸਵਾਰ ਨੌਜਵਾਨਾਂ ਸਿੱਖਾਂ ਨੂੰ ਤਿਆਰ ਕੀਤਾ, ਚਲੋ ਵੀ ਕਸ਼ਮੀਰ ਦੀ ਧਰਤੀ ਨੂੰ ਚਲੀਏ। ਜਦੋਂ ਕਸ਼ਮੀਰ ਦੀ ਧਰਤੀ 'ਤੇ ਮਹਾਰਾਜ ਛੇਵੇਂ ਪਾਤਸ਼ਾਹ ਪਹੁੰਚੇ ਆ, ਜਦੋਂ ਰਜੌਰੀ ਨਗਰ ਦੇ ਵਿੱਚ ਮਹਾਰਾਜ ਗਏ ਅਤੇ ਭਾਈ ਸੇਵਾਦਾਸ ਦੀ ਹਵੇਲੀ ਦੇ ਮੂਹਰੇ ਜਾ ਕੇ ਘੋੜੇ ਦੀ ਬਾਗ ਖਿੱਚ ਲਈ। ਜਦੋਂ ਘੋੜੇ ਦੀ ਬਾਗ ਖਿੱਚੀ ਹੈ, ਭਾਈ ਸੇਵਾਦਾਸ ਨੇ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣੀ, ਉਹਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋਇਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਲਾ ਦਿਓ ਭਾਗ ਘਰ ਨੂੰ। ਮਹਾਰਾਜ ਘੋੜੇ ਤੋਂ ਉਤਰੇ ਅਤੇ ਭਾਈ ਸੇਵਾਦਾਸ ਦੇ ਨਾਲ ਹੀ ਸਾਧ ਸੰਗਤ ਘਰੇ ਜਦੋਂ ਪਹੁੰਚਿਆ, ਭਾਈ ਸੇਵਾਦਾਸ ਨੇ ਕੀ ਕੀਤਾ, ਘਰ ਦੇ ਵਿੱਚ ਵਿਹੜੇ ਦੇ ਵਿੱਚ ਮੰਜਾ ਡਾਹ ਦਿੱਤਾ, ਉੱਤੇ ਕੱਪੜਾ ਵਿਛਾਇਆ। ਲਓ ਸੱਚੇ ਪਾਤਸ਼ਾਹ, ਮਹਾਰਾਜ ਤੁਸੀਂ ਮਾਰੋ ਚੌਂਕੜਾ ਮੰਜੇ ਦੇ ਉੱਤੇ, ਤਾਂ ਹੁਣ ਮੈਂ ਲਿਆਵਾਂ ਆਪਣੀ ਮਾਤਾ ਨੂੰ, ਉਹਨੂੰ ਵੀ ਦਰਸ਼ਨ ਕਰਾ ਦਈਏ। ਮਹਾਰਾਜ ਛੇਵੇਂ ਪਾਤਸ਼ਾਹ ਸੇਵਾਦਾਸ ਦੇ ਘਰੇ ਮੰਜੇ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਅਤੇ ਭਾਈ ਸੇਵਾਦਾਸ ਨੇ ਕੀ ਕੀਤਾ, ਜਿਹੜੇ ਕਮਰੇ ਦੇ ਵਿੱਚ ਮਾਈ ਨਾ ਬੈਠੀ, ਛੇਵੇਂ ਪਾਤਸ਼ਾਹ ਨੂੰ ਚੇਤੇ ਕਰੇ, ਜਿੱਥੇ ਛੇਵੇਂ ਪਾਤਸ਼ਾਹ ਵਾਸਤੇ ਚੋਲਾ ਤਿਆਰ ਕਰਕੇ ਰੱਖਿਆ ਹੋਇਆ, ਜਾ ਕੇ ਮਾਈ ਨੂੰ ਕਹਿੰਦਾ, ਆਪਣੀ ਨੂੰ ਕਹਿੰਦਾ, ਮਾਤਾ ਜਿਹਨੂੰ ਦਿਨ ਰਾਤ ਚੇਤੇ ਕਰਦੀ ਸੀ ਆਪਣੇ ਘਰੇ ਪਹੁੰਚ ਗਏ, ਚੱਲ ਉੱਠ ਕੇ ਦਰਸ਼ਨ ਕਰ ਲੈ। ਜਦੋਂ ਮਾਈ ਨੂੰ ਪਤਾ ਲੱਗਿਆ, ਪੁੱਤ ਦੇ ਮੁੰਡਿਆਂ ਦੇ ਉੱਤੇ ਹੱਥ ਰੱਖਿਆ, ਮੁੰਡੇ ਦੇ ਉੱਤੇ ਹੱਥ ਰੱਖ ਕੇ ਹੌਲੀ ਹੌਲੀ ਜਦੋਂ ਤੁਰੀ ਆਉਂਦੀ ਨਾ, ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਜਦੋਂ ਮੱਥਾ ਟੇਕਿਆ, ਮਾਈ ਸਿਰ ਨਹੀਂ ਚੁੱਕਦੀ। ਜਦੋਂ ਕਿੰਨਾ ਚਿਰ ਹੋ ਗਿਆ ਮਾਈ ਨੇ ਸਿਰ ਨਹੀਂ ਚੁੱਕਿਆ, ਅਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪ ਆਪਣੇ ਹੱਥਾਂ ਦੇ ਨਾਲ ਮਾਈ ਦਾ ਸਿਰ ਤਾਂ ਨੂੰ ਚੁੱਕਿਆ, ਮਾਤਾ ਕਿੰਨਾ ਸਮਾਂ ਹੋ ਗਿਆ ਸੀ ਤੈਨੂੰ ਯਾਦ ਕਰਦੀ ਨੂੰ, ਦੇਖ ਤੇਰੇ ਪ੍ਰੇਮ ਦੇ ਬੱਝੇ ਅਸੀਂ ਕਿੰਨੀ ਦੂਰ ਚੱਲ ਕੇ ਆਏ ਹਾਂ। ਜਦੋਂ ਮਹਾਰਾਜ ਕਹਿੰਦੇ ਅਸੀਂ ਕਿੰਨੀ ਦੂਰ ਚੱਲ ਕੇ ਆਏ ਹਾਂ, ਅਤੇ ਮਾਈ ਹੱਥ ਜੋੜ ਕੇ ਕਹਿੰਦੀ, ਸੱਚੇ ਪਾਤਸ਼ਾਹ ਉਹ ਜੈਸਾ ਸੁਣੀਦਾ ਸੀ ਪ੍ਰੀਤਮ ਪਿਆਰਾ, ਸਿੱਠਾ ਨਾਲ ਅੱਖੀਆਂ ਦੇ ਵੀ ਜੈਸਾ ਸੁਣੀਦਾ ਸੀ ਪ੍ਰੀਤਮ ਪਿਆਰਾ, ਸਿੱਠਾ ਨਾਲ ਅੱਖੀਆਂ ਜੋੜ ਕੇ ਕਹਿੰਦੀ, ਜੈਸਾ ਸਤਿਗੁਰ ਸੁਣੀਦਾ
ਤੈ ਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾਬਾ ਸੀਠ ਹਰ ਨਾਮ ਮੰਤਰ ਦਰੜਾਇਂਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਲਾਇਆ ਜਿਨਾ ਧੁਰੇ ਪਿਆ ਸੰਜੋਗ ਸੱਚੇ ਪਾਤਸ਼ਾਹ ਮੈਂ ਪੁੱਤ ਆਪਣੇ ਕੋਲੋਂ ਵਡਿਆਈ ਤਾਂ ਬਹੁਤ ਸੁਣੀ ਸੀ ਪਰ ਜਿਹੋ ਜਿਹੀ ਆਪਣੇ ਪੁੱਤ ਦੇ ਕੋਲੋਂ ਤੁਹਾਡੀ ਵਡਿਆਈ ਸੁਣੀ ਮੈਂ ਉਹੋ ਜਿਹਾ ਤੁਹਾਡੇ ਦਰਸ਼ਨ ਕਰ ਲਏ ਮਹਾਰਾਜ ਕਹਿੰਦੇ ਮਾਤਾ ਤੇਰੇ ਪ੍ਰੇਮ ਦਾ ਸਦਕਾ ਬੜੀ ਦੂਰੋਂ ਦੇਖ ਕਿੱਥੇ ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਆ ਅਤੇ ਮਾਈ ਹੁਣ ਮੰਗ ਕੀ ਮੰਗਦੀ ਹੈ ਜੋ ਮੰਗ ਹੈ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁੱਖ 'ਤੇ ਜੋ ਬੁੱਲ ਇਹਾਂ ਉਹਾਂ ਸੱਚ ਹੋਵੇ ਮਾਈ ਮੰਗ ਕੀ ਮੰਗਦੀ ਹੈ ਅਤੇ ਮਾਈ ਨੇ ਜੋ ਮੰਗਿਆ ਸਾਧ ਸੰਗਤ ਕਮਾਲ ਹੀ ਕਰ ਦਿੱਤੀ ਮਾਈ ਕਹਿੰਦੀ ਸੱਚੇ ਪਾਤਸ਼ਾਹ ਜੋ ਮੈਂ ਤੁਹਾਡੇ ਕੋਲੋਂ ਮੰਗਾਂ ਮੇਰੇ 'ਤੇ ਕਿਰਪਾ ਕਰੋਗੇ ਮਹਾਰਾਜ ਕਹਿੰਦੇ ਮਾਈ ਮੰਗ ਕੇ ਦੇਖ ਤੂੰ ਜੋ ਵੀ ਮੰਗੇਗੀ ਅਸੀਂ ਉਹੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੈਨੂੰ ਲੈ ਦਿਆਂਗੇ ਹੱਥ ਜੋੜ ਕੇ ਕਹਿੰਦੀ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਮਹਾਰਾਜ ਕਹਿੰਦੇ ਦੱਸ ਨਾਲੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਪਾਤਸ਼ਾਹ ਮੇਰੀ ਮੰਗ ਇਹੀ ਹੈ ਕਿ ਮੈਂ ਤੁਹਾਡੇ ਦਰਸ਼ਨ ਦਿਦਾਰੇ ਕਰਦੀ ਹੋਵਾਂ ਮੇਰੇ ਪ੍ਰਾਣ ਨਿਕਲ ਜਾਣ ਉਸ ਵੇਲੇ ਬਸ ਆਹ ਮੇਰੀ ਮੰਗ ਆ ਸੱਚੇ ਪਾਤਸ਼ਾਹ ਮੈਂ ਹੁਣ ਇਸ ਦੁਨੀਆਂ ਦੇ ਉੱਤੇ ਰਹਿਣਾ ਨਹੀਂ ਚਾਹੁੰਦੀ ਪਰ ਆਹ ਮੇਰੀ ਬੇਨਤੀ ਪ੍ਰਵਾਨ ਕਰਿਓ ਮੈਂ ਤੁਹਾਡੇ ਦਰਸ਼ਨ ਦਿਦਾਰੇ ਕਰਦੀ ਹੋਵਾਂ ਬਸ ਮੇਰੀ ਜਾਨ ਨਿਕਲ ਜਾ ਮੇਰੀ ਇਹੀ ਮੰਗ ਆ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕੁਝ ਦਿਨ ਮਾਈ ਦੇ ਘਰੇ ਰਹੇ ਆ ਉਹ ਸਾਧ ਸੰਗਤ ਕਿੰਨੀ ਭਾਗਾਂ ਵਾਲੀ ਹੋਣੀ ਆ ਮਾਈ ਭਾਗ ਭਰੀ ਜਦੋਂ ਆਖਰੀ ਸਾਹ ਲਿਆ
ਤੇ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਦੀ ਆ। ਮਹਾਰਾਜ ਕਹਿੰਦੇ ਲੈ ਬਈ ਮਾਈ ਅੱਜ ਤੋਂ ਤੇਰਾ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਹੁਤ ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਸਾਧ ਸੰਗਤ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਆ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਕੋਲੋਂ ਸਰਵਣ ਕਰੋ, ਦਾਸ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ, ਇਹ ਸਨ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਖੋਜਕੀ ਪੁਰਵਾ।